ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਬਲੌਗ 'ਚ। ਬਾਕੀ ਬਈ ਅੱਜ ਆਏ ਵੇ ਹਾਂ ਗੰਨੇ ਦਾ ਬੀਜ ਲੈਣ ਆਪਣੇ ਲਾਗਦੇ ਪਿੰਡ ਭੌਵਾਲ ਤੋਂ 95। ਲਓ ਜੀ ਬਈ ਆਪਾਂ ਲਿਆ 95 ਬੀਜ। ਹਰਸ਼ਵੀਰ ਕੋਲ ਵੀ ਹੈਗਾ ਤਾਂ ਪਰ ਥੋੜ੍ਹਾ ਜਿਹਾ ਘੱਟ ਤਾਂ ਉਹਦੇ ਆਪ ਦਾ ਬੀਜਣਾ ਬਈ ਕਿੱਲਾ, ਅਤੇ ਆਪਾਂ ਨੇ ਬੀਜ ਤਿਆਰ ਕਰਨਾ। ਬਾਕੀ ਟਰਾਲੀ ਦੇਖੋ ਬਈ ਤਿਆਰ ਹੋਈ ਜੀ, ਰੰਧਾਵਾ ਫਾਰਮ ਚੌੜੀ ਵਖਦਾ ਬਈ ਬਣਾਈ ਵੀ95। बाकी ने बी मोटर भी बहुत वधिया बनाई हुई है, ਤੁਹਾਨੂੰ ਦਿਖਾਉਂਦੇ ਮੋਟਰ। ਮੋਟਰ 'ਤੇ ਹੀ ਬਾਈ ਨੇ ਸਾਰਾ ਸਮਾਨ ਰੱਖਿਆ ਆਪਣਾ, ਸੰਧਾ 'ਤੇ ਰੱਸਾ ਚੜ੍ਹਨੇ ਲਾਇਆ ਵਾ ਕੂਲਰ 'ਤੇ ਹੀ, ਅਤੇ ਇੱਧਰ ਬਾਂਸ ਕੱਢੇ ਹੋਏ ਆ ਦੋ। ਅਤੇ ਬਾਈ ਨੇ ਰੱਸਾ ਚੜ੍ਹਨੇ ਲਾਇਆ ਵਾ, ਇੱਧਰ ਜਿੰਮ ਦਾ ਸਮਾਨ ਬਾਈ ਮੋਟਰ 'ਤੇ ਸਾਰਾ ਰੱਖਿਆ, ਤਵੀਆਂ ਟਾਇਰ ਲਾਉਂਦੇ ਮੋਟਰ ਬਾਈ ਐਨ ਇੱਕ ਨੰਬਰ ਬਣਾਈ ਵੀ ਆ, ਸ਼ੀਸ਼ਾ ਬਕਾਇਦਾ ਸਾਰਾ ਲਾਇਆ ਵਾ ਬਾਈ, ਜਿੰਮ ਦਾ ਪੂਰਾ ਸਮਾਨ ਬਾਈ ਨੇ। ਵਧੀਆ ਬਾਈ, ਸਭ ਦਾ ਆਪਦਾ ਆਪਦਾ ਸ਼ੌਂਕ ਆ। ਮੋਟਰ 'ਤੇ ਸਾਰਾ ਸਮਾਨ ਰੱਖਿਆ ਵਾ, ਪਾਣੀ ਪੂਣੀ ਪੀਣੇ ਵਾਲਾ, ਸੋਲਰ ਸਿਸਟਮ ਵੀ ਲਾਇਆ ਵਾ ਬਾਈ ਉੱਪਰ ਮੋਟਰ 'ਤੇ, ਪੂਰੇ 'ਤੇ ਸ਼ਾਇਦ ਦਿਖਦਾ ਹੋਵੇ, ਦਿਖਦੀਆਂ ਜੀ ਉਹ ਪਲੇਟਾਂ ਸੋਲਰ ਵਾਲੀਆਂ ਲਾਈਆਂ ਹੋਈਆਂ। ਅਤੇ ਵਧੀਆ ਬਾਈ ਇੱਕ ਨੰਬਰ ਕਰਿਆ ਵਾ ਕੰਮ, ਜਿੰਮ ਦਾ ਸਮਾਨ ਬਾਈ ਜਿਹੜਾ ਰੱਖਿਆ ਵਾ ਸਾਰਾ ਮੋਟਰ 'ਤੇ, ਨਾਲੇ ਬੰਦਾ ਕੰਮ ਕਾਰ ਕਰਦਾ ਰਹਿੰਦਾ ਅਤੇ ਨਾਲੇ ਜਿੰਮ ਲਾਉਂਦਾ, ਨਾਲੇ ਆਪਣੇ ਖੇਤ 'ਚ ਨਿਗਾਹ ਰੱਖਦਾ ਬੰਦਾ ਹਰੇਕ ਕੰਮ ਦੀ। ਵਧੀਆ ਲਓ ਜੀ ਬਾਈ, ਉਰੇ 'ਤੇ ਵੱਢਣ ਲੱਗਿਆ ਪਿਆ 95 ਬੀਜ ਦਲੀਪ ਰਾਹੀਂ, ਜਿਨ੍ਹਾਂ ਨੇ ਆਪਣਾ ਗੰਨਾ ਵੀ ਕੱਢਣਾ। ਦਲੀਪ ਕਿੱਦਾਂ ਫਿਰ, ਠੀਕ ਆ? ਕਿੰਨੇ ਬੰਦੇ ਆ ਗਏ ਹੁਣ ਮੋਟਰ 'ਤੇ? ਸੱਤ ਅੱਠ ਆਏਗਾ ਬੰਦਾ। ਕਿੰਨੇ ਜਣੇ ਹੋ ਜਾਣਗੇ ਟੋਟਲ ਗੰਨਾ ਕੱਢਣੇ ਤੱਕ? ਸੋਲਾਂ ਬੰਦਾ ਹੋ ਜਾਣੇ। ਚੱਲ ਵਧੀਆ, ਤੁਸੀਂ ਆਉਂਗੇ ਤਾਂ ਹੀ ਕੰਮ ਚੱਲਣਾ ਹੈ। ਚਾਰ ਭਰੀਆਂ ਚਲੇ ਗਈਆਂ ਹੈ, ਗੰਨਾ ਲੰਬਾ ਬਹੁਤ ਹੈ ਨਾ। ਗਿਰਨੇ ਨਾਲ ਕੰਮ ਖਰਾਬ ਹੋਇਆ ਹੋਵੇਗਾ, ਗਿਰਨੇ ਨਾਲ ਨਾ ਉੱਪਰ ਨੂੰ ਦੁਬਾਰਾ ਚੱਲ ਪਿਆ ਗੰਨਾ, ਹੈ ਨਾ, ਵਜਨ ਵੀ ਪੂਰਾ 95। ਦਲੀਪ ਕਰੇ ਆਇਤ ਕੀ ਬਿਜਾਈ 95 ਦਾ? 95 ਨਵੇਂ ਬੀਜ ਦਾ ਕੋਈ ਕਰਿਆ ਨੀ, ਐਤ ਕੀ ਬਿਜਾਈ ਨੀ ਕਰਿਆ ਹੈ? ਮੈਂ ਕਹਿੰਦਾ ਆਈ ਲੇਟ ਆ ਤੁਸੀਂ ਹੁਣ। ਕਿੱਥੇ ਸੈਨਪੁਰ ਜੀਰੀ ਝਾੜ ਦੇ ਦੇ ਹੈ। ਕਿੰਨਾ ਕੁ ਪੈ ਜੂਗਾ ਆਪਣਾ ਬੀਜ ਹੈ? 4 ਕੁਇੰਟਲ ਗਾਹਾਂ ਨੂੰ ਕਿੱਲਾ ਬੀਜ ਹੋ ਜੂ। ਮੈਂ ਉਹੀ ਕਿਹਾ, ਮੈਂ ਇੰਨੇ ਆਪਣਾ ਥੋੜ੍ਹਾ ਬੀਜ ਲੈਂਦੇ ਆ ਜਿੰਨਾ ਬੀਜ ਮਿਲਦਾ। ਗੰਨਾ ਦੇਖ ਲੈ ਕਿਹਾ ਜਿਹਾ ਦਸਾਈ ਮਾੜਾ ਜਿਹਾ ਦੇਖ, ਮੋਟਾ ਬਹੁਤ ਆ ਚੰਨ। ਚਲੋ ਬਾਕੀ ਹੁਣ ਆਪਾਂ ਬਿਜਾਈ ਕਰਕੇ ਦੇਖਦੇ ਹਾਂ, ਗਾਹਾਂ ਨੂੰ ਬੀਜਾਂਗੇ ਕਿੱਲਾ। ਲਓ ਬਾਈ, ਜਿਹੜਾ ਆਪਾਂ ਨੇ 2 ਸਿਆੜ ਇਕੱਠੇ ਵਾਲਾ ਗੰਨਾ ਬੀਜਿਆ ਉਹ ਇੱਕ ਆਹ ਇਕੱਠਾ 2 ਸਿਆੜ ਵਾਲਾ ਬੀਜ ਹੋਇਆ ਵਾ ਬਾਈ। ਪਹਿਲਾਂ ਗੰਨਾ ਖੜ੍ਹਾ, ਉਹ ਵਧੀਆ ਖੜ੍ਹਾ ਹੈ, ਤੁਹਾਨੂੰ ਦਿਖਾਉਂਦੇ ਜਿਹੜੇ 2 ਇਕੱਠੇ ਸਿਆੜ ਆਪਾਂ ਨੇ ਜਿੱਦਾਂ ਬੀਜੇ ਉਹੀ ਹਲ 'ਤੇ ਇਹਨਾਂ ਵਾਲੀ, ਅਤੇ 1 ਸਿਆੜ ਆਹ ਹੋ ਗਿਆ ਅਤੇ ਵਿੱਚ ਥੋੜ੍ਹਾ ਜਿਹਾ ਗੈਬ ਆ, ਅਤੇ 1 ਸਿਆੜ ਆ, 2 ਸਿਆੜ ਇਕੱਠੇ ਆ ਅਤੇ 2.5 ਫੁੱਟ ਦਾ 3 ਦਾ ਉਰੇ ਗੈਬ ਆ, ਵਿੱਚ 3 ਫੁੱਟ ਦਾ ਬਾਈ ਹੈ ਆਪਣਾ 2.5 ਦਾ, ਅਤੇ ਉਹ ਤੋਂ ਬਾਅਦ ਫਿਰ 2 ਇਕੱਠੇ ਸਿਆੜ ਆ ਇਹਨਾਂ ਦੇ, ਫਿਰ 2.5 ਫੁੱਟ 3 ਦਾ ਗੈਬ। ਵਧੀਆ ਖੜ੍ਹਾ ਬਾਈ ਗੰਨਾ, ਹੈ ਤਾਂ ਬੈੱਡ ਸਿਸਟਮ ਵਾਲਾ। ਆਹ ਦੇਖੋ ਆਹ 2 ਸਿਆੜ ਜੰਮੇ ਹੋਏ ਆ, 1 ਆਹ ਸਿਆੜ ਹੋ ਗਿਆ
ਇੱਕ ਸਾਈਡ ਆ ਹੋ ਗਿਆ ਗੰਨਾ ਇਹਦਾ ਜੰਮ ਬਹੁਤ ਵਧੀਆ ਹੈ ਵਧੀਆ ਖੜਾ ਬਾਕੀ ਆਪਾਂ ਨੇ ਬੀਜਿਆ ਬਾਈ ਐਕਣਾ ਜੇ ਲੋਟ ਰਿਹਾ ਤਾਂ ਆਪਾਂ ਗਾਹਾਂ ਨੂੰ ਕੀਲਾ ਹੀ ਇੱਦਾਂ ਬੀਜਾਂਗੇ ਪੂਰਾ ਬਾਕੀ ਦੇਖਦੇ ਹਾਂ ਰਿਜ਼ਲਟ ਪਤਾ ਲੱਗ ਜਾਣਾ ਆਪ ਬੀਜ ਕੇ ਦੇਖਿਆ ਬਾਈ ਆਪਾਂ ਨੇ ਲਓ ਜੀ ਬਾਈ ਆਪਾਂ ਨੇ ਬੀਜ ਤਾ 95 ਬੀਜ ਜਿਹੜਾ ਭਾਅ ਵਾਲ ਤੇ ਲਿਆ ਤਾ ਇਹ ਥੋੜ੍ਹਾ ਜਿਹਾ ਘੱਟ ਗਿਆ ਬੀਜ ਹੁਣ ਆਪਾਂ ਨੇ ਆਪਣਾ 38 ਪਾ ਦੇਣਾ ਉਹਦੇ ਨਾਲ ਤੇ ਹੀ ਇਹ ਤੋਂ ਜਗ੍ਹਾ ਰੱਖੀ ਤੀ ਬੀਜ ਤਿਆਰ ਕਰਨੇ ਨੂੰ ਵੀ 95 ਬੀਜ ਤਿਆਰ ਕਰ ਲਾਂਗੇ ਪੂਰੇ ਤੱਕ ਤਾਂ ਬਾਈ ਬੀਜ ਹੋ ਗਿਆ ਇਹ ਖੰਬੇ ਤੱਕ ਬੀਜ ਹੋ ਗਿਆ ਉਹਦੇ ਬਾਅਦ 4-5 ਸਿਆੜ ਬਚ ਜਾਣੇ 38 ਦੇ ਅਤੇ ਉੱਧਰ ਨੂੰ ਵੀ ਥੋੜ੍ਹਾ ਜਿਹਾ ਘੱਟ ਗਿਆ ਇੱਥੇ ਤੱਕ ਬਾਈ ਬੀਜ ਹੋ ਗਿਆ 0-95 ਲੋ ਜੀ ਇੱਥੇ ਤੱਕ ਬੀਜ ਹੋ ਗਿਆ 0-95 ਕਈ ਬੰਦੇ ਫੋਨ ਕਰੀ ਜਾਂਦੇ ਬਾਈ 95 ਬੀਜ ਹੈਗਾ ਬਾਈ 95 ਤਾਂ ਬਹੁਤ ਆਪਾਂ ਨੂੰ ਆਹ 4 ਕੁਇੰਟਲ ਬੀਜ ਮਿਲਿਆ ਤੁਸੀਂ ਤਾਂ ਗਾਹਾਂ ਸਾਰਾ 38 ਬੀਜੂਗੇ ਹੁਣ ਉੱਧਰ ਨੂੰ ਇਹ ਸਾਰਾ ਅਤੇ ਉਹ ਜਿਹੜੇ ਰਹਿੰਦੇ 4-5 ਉਰੇ ਉਹ ਇਹ 38 ਬੀਜ ਦਾਂਗੇ ਅਤੇ ਆਹ ਬਾਈ 95 ਹੋ ਗਿਆ ਜਾਣੀ ਗਾਹਾਂ ਨੂੰ ਕੀਲਾ ਬੀਜ ਹੋਜੂ ਇਹਦੇ ਨਾਲ ਕੀਲੇ ਖੰਡ ਦਾ ਬੀਜ ਆਪਣਾ ਹੋਜੂ ਐਂ ਤਾਂ ਹਰਸ਼ਵੀਰ ਕੋਲ ਵੀ ਹੋ ਜਾਣਾ ਪਰ ਜਾਣੀ ਐਂ ਆ ਬਾਈ ਆਪਣਾ ਬੀਜਿਆ ਵਧੀਆ ਹਰਸ਼ਵੀਰ ਵਰਗਾ ਮੁੱਕਰ ਜਾਂਦਾ ਫਿਰ ਐਤਕੀ ਮੁੱਕਰ ਗਿਆ ਉਹ ਬੀਜ ਦੇਣੇ ਦੇ ਉਹਨੇ ਆਪਣੀ ਜ਼ਿਆਦਾ ਜਗ੍ਹਾ ਬੀਜਣੀ ਹੁਣ ਪੂਰੇ ਤੱਕ ਸਿਆੜ ਬੀਜ ਹੋ ਗਏ ਬਾਈ 0-95 ਦੇ ਅਤੇ 3 ਸਿਆੜ ਆਹ 4 ਸਿਆੜ ਉਰੇ ਹੋ ਜੂਗੇ ਹੋਰ 7 ਸਿਆੜ ਇੱਧਰ 38 ਦੇ ਅਤੇ ਇਹ ਵੀ 38 ਹੋਊ ਆਪਣਾ ਅਤੇ ਉੱਧਰ ਵੀ 38 ਪਿੱਛੇ ਵੀ 38 ਬੀਜ ਹੋ ਜਾਣਾ ਦਲੀਪ ਤੇਰਾ ਅੰਦਾਜ਼ਾ ਗਲਤ ਹੋ ਗਿਆ ਹੋ ਦਲੀਪ ਤੇਰਾ ਅੰਦਾਜ਼ਾ ਗਲਤ ਹੋ ਗਿਆ ਦੇਖ ਲਓ ਘੱਟ ਗਿਆ ਜੀ ਤਿੰਨ 3.5 ਕੁਇੰਟਲ ਦਾ ਹੋ ਜਾਣਾ ਇਹ ਹੋ ਜਾਣਾ ਨਾ ਉਹਨਾਂ ਕੋਲ ਵੀ ਨਹੀਂ ਹੈਗਾ ਬਾਈ ਬੀਜ ਉਹਨਾਂ ਨੇ ਵੀ ਪੂਰਾ ਪੂਰਾ ਹੀ ਦਿੱਤਾ ਬਾਕੀ ਚਲੋ ਬਾਕੀ ਆਪਾਂ ਨੇ ਆਪਣੇ ਕੋਲ 38 ਖੜਾ 38 ਬੀਜ ਦੇਣਾ ਇੱਦਾਂ 38 ਉਹ ਐਡਾ ਜ਼ਰੂਰੀ ਵੀ ਨਹੀਂ ਜਿਹੜੇ ਆਪਣਾ ਕੀਲੇ ਦਾ ਬੀਜ ਹੋ ਗਿਆ ਗਾਹਾਂ ਜੋਗਾ ਕੀਲਾ ਬੀਜ ਹੋ ਜਾਣਾ ਦਲੀਪ ਕੀਲਾ ਦਾ ਬੀਜ ਹੋ ਜਾਣਾ ਆਰਾਮ ਨਾਲ ਬੀਜ ਹੋ ਜਾਣਾ ਨਾ ਬਾਕੀ ਸਿਆੜ ਕੱਢ ਦੇਵਾਂ ਨਾ ਫਿਰ ਟਰੈਕਟਰ ਬਾਹਰ ਕੱਢ ਲਵਾਂ ਚਲੋ ਬਾਕੀ ਦੇ ਦਲੀਪ ਸਰੋਂ ਵੀ ਲਾਉਣੀ ਆ ਟੋਈਏ ਵਾਲਾ ਕੱਲ੍ਹ ਨੂੰ ਲਗਾ ਦੇਵੇ ਫਿਰ ਇਹਨੂੰ ਪਾਣੀ ਨਾ ਭਰ ਲਵਾਂ ਪੈਰਾਂ ਕੇ ਸੱਤ ਮਿੱਟੀ ਪਾ ਕੇ ਪੈਰਾਂ ਦੇ ਨਾਲ ਬਾਈ ਮਿੱਟੀ ਪਾ ਕੇ ਇਹਦੇ ਪਰ ਇੱਦਾਂ ਮਿੱਟੀ ਪਾ ਲੈਣੀ ਪੈਰਾਂ ਨਾਲ ਇਹਨੂੰ ਪਾਣੀ ਲਾ ਦੇਣਾ ਇੰਨੀ ਕੁ ਮਿੱਟੀ ਪਾ ਕੇ ਤਾਂ ਮੈਂ ਨਾਲ ਦੀ ਨਾਲੇ ਪਾ ਦੇਣੀ ਹੁਣ ਪਿਆਲ ਕੱਢ ਦੂੰਗਾ ਅਤੇ ਇੰਨਾ ਕੁ ਕਰ ਲੈਣਾ ਫਿਰ ਇਹਦੇ ਉੱਪਰ ਇੱਕ ਇੱਕ ਸਰੋਂ ਦਾ ਟੋਈਆ ਲਾ ਦੇਣਾ ਇਹਨਾਂ ਨੇ ਗਿੱਲੇ 'ਚ ਜਾਂ ਗਿੱਲਾ ਹੋਣਾ ਅੰਗੂਠੇ ਨਾਲ ਆਰਾਮ ਨਾਲ ਦੱਬ ਹੋਜੂਗਾ ਬਾਕੀ ਮਾੜਾ ਮੋਟਾ ਗੰਨਾ ਬਾਹਰ ਵੀ ਹੋਇਆ ਤਾਂ ਵੀ ਕੋਈ ਚੱਕਰ ਨਹੀਂ ਜਾਂ ਪਾਣੀ ਲੱਗ ਜਾਣਾ ਬਾਈ ਮਿੱਟੀ ਨੇ ਫੜਿਆ ਹੋਣੀ ਜੜ ਗੰਨੇ ਨੇ ਮਿੱਟੀ ਨੇ ਨਾਲ ਲੱਗ ਜਾਣਾ ਜ਼ਿਆਦਾ ਇਹਨੇ ਬਾਕੀ ਸਿਆੜ ਕੱਢਦੇ ਹੁਣ ਸਤਿ ਸ਼੍ਰੀ ਅਕਾਲ ਜੀ ਅੱਜ ਆਏ ਬਾਈ ਪੈਰਾਂ ਨਾਲ ਮਿੱਟੀ ਪਾ ਰਹੇ ਬਾਈ ਗੰਨਾ ਬੀਜਿਆ ਜਿਹੜਾ ਤੁਸੀਂ ਮੂਹਰੇ ਵੀਡੀਓ 'ਚ ਦੇਖਿਆ ਹੀ ਆ ਪੈਰਾਂ ਨਾਲ ਮਿੱਟੀ ਪਾਈ ਆ ਅਤੇ ਇਹਦੇ 'ਚ ਆਪਾਂ ਨੇ ਬਾਈ ਸਰੋਂ ਲਾਉਣੀ ਆ ਟੋਈਆਂ ਨਾਲ ਟੋਈਏ ਲਾਉਣੇ ਬਾਈ ਹੁਣ ਦੇਖਦੇ ਹਾਂ ਕਿਆ ਕਰਦਾ ਇਹ ਆਪਾਂ ਨੇ ਬਾਈ ਪੈਰਾਂ ਨਾਲ ਮਿੱਟੀ ਪਾ ਦਿੱਤੀ ਬਾਕੀ ਮਾਸਾ ਭਾਅ ਨੇ ਤਾਂ ਉਹ ਕੰਮ ਕਰਤਾ ਤਾ ਅੱਜ ਕਹਿੰਦੇ ਚੱਲ ਮੈਂ ਆਇਆ ਤੂੰ ਚੱਲ ਮੈਂ ਹਾਂ ਚੱਲ ਮੈਂ ਆਇਆ ਵਾਲਾ ਕੰਮ ਕਰ ਕੌਣ ਵਾਲਾ ਕੌਣ ਵਾਲਾ ਮਾਸੜ ਦੱਬਦਾ ਕਿਤੇ ਮਾਸੜ ਨੇ ਵੱਢਣੇ ਤੇ ਕੱਖ ਤਾਂ ਕਰਕੇ ਮੈਂ ਫਿਰ ਕਿਹਾ ਨੀ ਮੈਂ ਚੱਲ ਠੀਕ ਆ ਤੂੰ ਵੱਢ ਲਾ ਭਾਈ ਪਾਉਣੇ ਨੂੰ ਤਾਂ ਕੁਛ ਨੀ ਲੱਗਿਆ 20 ਕੁ ਮਿੰਟ ਮਸੋਂ ਲੱਗੇ ਹੋਣੇ ਆਪਾਂ ਨੂੰ ਹੈ ਦੋਨੇ ਰਹਿ ਗਈਆਂ ਬਸ ਮੈਨੂੰ ਐਂ ਤਾਂ ਵੀ ਚੱਲ ਆ ਜਾਂਦਾ
दो चार गल्ला ही सुना दूंगा है जी लगे रहना होर तो कुछ नहीं पाने का कुछ भी नहीं लगे भी पच्ची मिनट मसल लगे बाकी ये भाई कलू मिट्टी जो सवेरे पा देनी थी हूँ ये भाई टोइए लाने सरों सीधी करनी जी अपने बोतल न केरी थी सरों तुम देखी वो खेत भी दिखाते थोड़ा सरों वाला ये लाने भाई टोइए हूँ वो जिले ये मैं पानी भर लेना जी ये सीधी गूठे ना जड़ दब हुई है भी फुट फुट पर ला देनी है तो सियाड़ तो आ सियाड़ वाली लाइन पर एक एक बूटा तो फुट पर इधर पहला पटने पैने हाँ पानी भर देने भर के फिर गुठे त्रिपाली मार कुछ आस करने की लोड़ नहीं ना मिट्टी है बाकी पै गई मिट्टी भाई कस्याड़ रह गया और फिर वाले रह गए कुछ बाकी पानी ने गेर लेनी बिच लो जी भाई सीधिया लाइना तो निबड़ गया कम आ रह गए पांच छह सियाड़ जोर तो कुछ नहीं लगता बस जानी रात शाम को पता लगता पट फुले पट फुलते हैं बिच पैर जाता पट तो फुलते हैं लो देखो क्वालिटी कम की खेत वधिया बनया वा ता ही मिट्टी पैंदी पिया प्यार नाल जो बोला इहदा बड़ा इहनू क्या करिया जीरी वड्डी पई थी झूंडे खड़े थे इन्हें नहीं थोड़ी आई तो इन्ना इन्ना क्या बुझा इधर आ लास्ट डॉल के नाल कैडा कहीं ना पट के पछियां सारी बाकी भाई बस कहीं कहीं का कम रह गया सुंजिया च आदे पछियां कलंपरे प ਇਹ ਦੱਬਦੇ ਹਾਂ ਬਾਕੀ ਆ ਗੱਗੇ ਨੇ ਡੌਲਾਂ ਜਿਹੀਆਂ ਛੱਡਤੀਆਂ ਹੁਣ ਇਹ ਵੀ ਢਾਉਣੀਆਂ ਪੈਣੀਆਂ ਹੈ ਮੈਂ ਕਰਤਾ ਉਹੀ ਕੰਮ ਕੈਮਰਾਮੈਨ ਨੇ ਕਰਤਾ ਕਹਿਤਾ ਵੀ ਕੰਮ ਗਲਤ ਤੇਰਾ ਹੈ ਕਹਿਤਾ ਵੀ ਕੰਮ ਗਲਤ ਤੇਰਾ ਦੇਖ ਲੋ ਭਾਈ ਜਮਾਨਾ ਨਹੀਂ ਭਲਾਈਦਾ ਆ ਡੌਲ ਦੇ ਆ ਵੀ ਖੜੀ ਰਹੀ ਡੌਲ ਮੈਂ ਦੋਆ ਮੈਂ ਤਾਂ ਉਹ ਪੌਂਤ ਦੋ ਮਿੱਟੀ ਇੱਕ ਵਾਰ ਚ ਤੂੰ ਪੌਂਤਾ ਤਾਂ ਦੋ ਨਾਲ ਮੈਨੂੰ ਕਿਹਾ ਪਤਾ ਵੀ ਤੇ ਕੱਲੀ ਕੱਲੀ ਪਾਉਣੀ ਹੈ चप्पल अपने इतने खोलती है मैं हूं तो हसी भी नहीं कह दूंगे चप्पल मिल गया मिल गया भाई भी तू पा लेगा चलो ठीक है जी फतेह मिलते हैं कलू किसी होर का काम दे नाल कर लियो भाई सब्सक्राइब साफ साफ होया पे बंदा इन्नी गल मान लियो हुण सब्सक्राइब नहीं करदे कई बंदे चलो भाई कर लियो सब्सक्राइब है।